ਆਸਮ ਡੋਗਰ ਸਾਹਿਬ ਦਾ ਡੇਰਾ ਤਹਿਸੀਲ ਦਸਕਾ ਜ਼ਿਲ੍ਹਾ ਸਿਆਲਕੋਟ ਹੈ ਸਾਰੇ ਦੋਸਤਾਂ ਕੇ ਰਿਕਵੈਸਟ ਹੈ ਜੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰੋ ਤਾਂ ਕਿ ਮਜ਼ੀਦ ਦੋਸਤ ਲਾਈਵ ਚਵਾਈ ਦੇ ਮਨਾਜ਼ਰ ਚੈੱਕ ਕਰਨ ਭਾਈ ਸਵਰ ਇੱਥੇ ਬੰਨੋ ਜ਼ਰਾ ਮੈਂ ਦੋਸਤਾਂ ਨੂੰ ਚੈੱਕ ਕਰਾਵਾਂ ਤੁਹਾਨੂੰ ਵਗੈਰਾ ਇਹ ਮਾਸ਼ਾਅੱਲਾ ਜੀ ਇਹ 100 ਦੋਸਤ ਲਾਈਵ ਹੁੰਦਾ ਤੇ ਫਿਰ ਇਨਸ਼ਾਅੱਲਾ ਚਵਾਈ ਸ਼ੁਰੂ ਕਰਨੇ ਸਾਰੇ ਦੋਸਤਾਂ ਕੇ ਗੁਜ਼ਾਰਿਸ਼ ਵੀਡੀਓ ਨੂੰ ਸ਼ੇਅਰ ਕਰੋ ਜ਼ਰਾ ਟਾਈਮ ਨਾਲ ਕੰਮ ਕਾਈਏ ਇਨਸ਼ਾਅੱਲਾ ਗੁਫਤਾਰੀ ਦਾ ਟਾਈਮ ਹੋਈ ਆਣਾ ਦੋਸਤਾਂ ਵੀ ਰੋਜ਼ਾ ਖੋਲ ਲੈ ਨਾਲ ਸਾਜਦ ਭਾਈ ਨੇ ਉਹਨਾਂ ਵੀ ਰੋਜ਼ਾ ਖੋਲ ਲੈ ਤੇ ਮੈਂ ਵੀ ਖੋਲ ਲੈ ਮੁਹੰਮਦ ਤੈਯਬ ਸਾਹਿਬ ਨੇ ਜੀ ਬਹੁਤ ਸ਼ੁਕਰੀਆ ਤੋ ਦੋਸਤਾਂ ਚੈੱਕ ਕਰੋ ਜੀ ਹਾਲ ਸਟੇਨ ਫਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ ਗਾਂਵ ਹੈ ਜਿੱਡੀ ਆਪੀ ਮਾਸ਼ਾਅੱਲਾ ਉਸ ਤੋਂ ਜ਼ਿਆਦਾ ਨੇ ਲਿਬਾਸ ਕੀਤਾ ਪਿੱਛੇ ਦੇ ਬੱਚਾ ਦੋਸਤਾਂ ਉਹ ਵੀ ਵੇਖ ਲੈਣਾ 82 ਦੋਸਤ ਲਾਈਵ ਆ ਗਏ ਨੇ 100 ਦੋਸਤ ਲਾਈਵ ਹੁੰਦਾ ਤੇ ਇਨਸ਼ਾਅੱਲਾ ਚਵਾਈ ਸ਼ੁਰੂ ਕਰਾ ਦਿੰਨੇ ਆ ਆਸਮ ਡੋਗਰ ਸਾਹਿਬ ਦਾ ਡੇਰਾ ਆਲਰੇਡੀ ਸਾਰੇ ਦੋਸਤ ਡੋਗਰ ਸਾਹਿਬ ਦੇ ਨਾਮ ਤੋਂ ਕੰਮ ਤੋਂ ਵਾਕਿਫ ਨੇ ਥਾਂ ਜ਼ਰਾ ਦੋਸਤਾਂ ਵੇਖ ਲੈਣੇ ਨੇ ਸੋਹਣੇ ਪਾਵਰਫੁਲ ਸਨ ਲੱਗੇ ਨੇ ਇਹ ਚੈੱਕ ਕਰ ਲਓ ਠੀਕ ਹੈ ਭਾਈ ਸਬਰ 100 ਦੋਸਤ ਲਾਈਵ ਆ ਗਏ ਆ ਇਹ ਜਾ ਛੱਡੋ ਮੁਹੰਮਦ ਸੁਫੀਆਨ ਸਾਹਿਬ ਨੇ ਬਹੁਤ ਸ਼ੁਕਰੀਆ ਜ਼ਬੀ ਘੁਮਨ ਸਾਹਿਬ ਨੇ ਜੀ ਵਾਲੇਕੁਮ ਸਲਾਮ ਜ਼ਬੀ ਭਾਈ ਘੁਮਨ ਨੂੰ ਭਾਈ ਫਰਾਦ ਘੁਮਨ ਨੂੰ ਸਾਰਿਆਂ ਨੂੰ ਜਿੰਨੇ ਵੀ ਦੋਸਤ ਲਾਈਵ ਆਏ ਨੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਉਹਨਾਂ ਦਾ ਹਰਵਿੰਦਰ ਸਿੰਧੂ ਸਾਹਿਬ ਨੇ ਇੰਡੀਆ ਤੋਂ ਵੀ ਵੇਖਦੇ ਉਹ ਤੇ ਮੇਰੇ ਬੜੇ ਜਿਗਰੀ ਦੋਸਤ ਨੇ ਉਹ ਤੇ WhatsApp 'ਚ ਵੀ ਐਡ ਨੇ ਮੇਰੇ ਚਲੋ ਜੀ ਬਹੁਤ ਸ਼ੁਕਰੀਆ ਠੀਕ ਹੈ ਭਾਈ ਸਬਰ ਲੋ ਜੀ ਦੋਸਤੋ ਥਾਣੇ ਇੱਕ ਦਫਾ ਫੇਰ ਵੇਖ ਲੈਣੇ ਨੇ ਅਰਸ਼ਦ ਜਵੇਦ ਸਾਹਿਬ ਨੇ ਬਹੁਤ ਸ਼ੁਕਰੀਆ ਜੀ ਜਿੰਨੇ ਵੀ ਦੋਸਤ ਲਾਈਵ ਨੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਬੱਚਾ ਜੀ ਇਹ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰੋ ਤਾਂ ਕਿ ਮਜ਼ੀਦ ਦੋਸਤ ਵੀਡੀਓ ਨੂੰ ਵੇਖਣ ਅਰਸ਼ਦ ਜਵੇਦ ਸਾਹਿਬ ਨੇ ਓਕਾੜਾ ਤੋਂ ਬਹੁਤ ਸ਼ੁਕਰੀਆ ਭਾਈ ਅਰਸ਼ਦ ਨੰਬਰ ਹੈ ਜੀ ਡੋਗਰ ਸਾਹਿਬ ਦਾ 03440459124 ਹਾਂ ਡੋਗਰ ਸਾਹਿਬ ਨੰਬਰ ਕੀ ਹੈ 0491624 ਠੀਕ ਹੈ 03440459124 ਤੋ ਦੋਸਤੋ ਗਾਂ ਦੂਸਰਾ ਸੁਆ ਸੁਈ ਹੈ ਹਾਲਸਟੇਨ ਫਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ ਹੈ ਮਾਸ਼ਾਅੱਲਾ ਪਿੱਛੇ ਦੇ ਬੱਚਾ ਜਾ ਛੱਡਿਆ ਮਲਕ ਮੁਜਾਹਦ ਸਾਹਿਬ ਨੇ ਬਹੁਤ ਸ਼ੁਕਰੀਆ ਬਾਬਰ ਖਾਨ ਸਾਹਿਬ ਨੇ ਬਹੁਤ ਸ਼ੁਕਰੀਆ ਦੋਸਤ ਘਟ ਲਾਈਵ ਨੇ ਸਾਰੇ ਦੋਸਤਾਂ ਕੇ ਗੁਜ਼ਾਰਿਸ਼ ਹੈ ਛੋਟੀ ਜਿਹੀ ਰਿਕੁਐਸਟ ਹੈ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਤਾਂ ਕਿ ਮਜ਼ੀਦ ਦੋਸਤ ਲਾਈਵ ਚਵਾਈ ਦੇ ਮਨਾਜ਼ਰ ਚੈੱਕ ਕਰਨ ਜ਼ਬੀ ਗੁਮਨ ਸਾਹਿਬ ਨੇ ਅੱਲਾ ਦਾ ਸ਼ੁਕਰ ਹੈ ਭਾਈ ਜ਼ਬੀ ਤੋ ਇਸ ਨਾਲ ਠੀਕ ਹੋ ਮੋਹਸਨ ਸਾਹਿਬ ਨੇ ਬਹੁਤ ਸ਼ੁਕਰੀਆ ਬਾਬਰ ਖਾਨ ਸਾਹਿਬ ਨੇ ਬਹੁਤ ਸ਼ੁਕਰੀਆ ਲੋਏ ਦੋਸਤੋ ਤੁਹਾਨੂੰ ਜ਼ਰਾ ਫੇਰ ਵੇਖ ਲੈਣੇ ਨੇ ਸੋਹਣੇ ਥਣ ਲੱਗੇ ਨੇ ਨਸਲ ਦੀ ਹਾਲਸਟੇਨ ਫਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ ਨੁਮਾਨ ਖਾਨ ਸਾਹਿਬ ਨੇ ਬਹੁਤ ਸ਼ੁਕਰੀਆ ਪਿੱਛੇ ਦੇ ਬੱਚਾ ਦੋਸਤਾਂ ਵੀ ਵੇਖ ਲੈਣਾ ਮੁਕੰਮਲ ਜੀ ਸਾਮਤ ਫੇਰ ਚੈੱਕ ਕਰਾ ਦੇਣਾ ਦੂਸਰਾ ਸੁਆ ਸੁਈ ਹੈ ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਡਸਕਾ ਪਿੰਡ ਦਾ ਨਾਮ ਪੀਰੋਚੱਕ ਨੰਬਰ 03440459124 ਰਾਬਤਾ ਨੰਬਰ ਹੈ ਜੀ 03440459124 ਪਿੱਛੇ ਦੇ ਬੱਚਾ ਦੋਸਤਾਂ ਨੂੰ ਵੀ ਚੈੱਕ ਕਰਾਉਂਦੇ ਹਾਂ ਮੁਦੱਸਰ ਭਾਈ ਬਿਲਕੁਲ ਜੀ ਇਹ ਨੰਬਰ ਹੈ ਮਲਕ ਸਲਮਾਨ ਸਾਹਿਬ ਨੇ ਬਹੁਤ ਸ਼ੁਕਰੀਆ ਜੀ ਦਾਨਿਆਲ ਡੋਗਰ ਸਾਹਿਬ ਨੇ ਬਹੁਤ ਸ਼ੁਕਰੀਆ ਹੁਰਮ ਰਾਓ ਸਾਹਿਬ ਨੇ ਬਹੁਤ ਸ਼ੁਕਰੀਆ ਹਸਨ ਅਲੀ ਸਾਹਿਬ ਬਹੁਤ ਸ਼ੁਕਰੀਆ ਆਸਫ ਨਦੀਮ ਸਾਹਿਬ ਨੇ ਬਹੁਤ ਸ਼ੁਕਰੀਆ ਲੋਏ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਡੋਗਰ ਸਾਹਿਬ ਨੂੰ ਕਿਉਂ 2 ਮਿੰਟ ਉਹਨਾਂ ਹੀ ਉੱਠ ਕੇ ਆਈਆਂ ਨਾ ਉਹ ਹੀ ਨੇ ਕੀ ਹੋਰ ਨੇ ਕੋਈ ਜਿਹੜੇ ਦਾਨਿਆਲ ਡੋਗਰ ਸਾਹਿਬ ਦਾਨਿਆਲ ਸਾਹਿਬ ਤੁਹਾਡੀ ਮਿਹਰਬਾਨੀ ਜ਼ਰਾ ਇੱਥੇ ਆਈਓ ਸਾਹਮਣੇ ਹੀ ਡੋਗਰ ਸਾਹਿਬ ਰਿਕੁਐਸਟ ਕਰਦੇ ਨੇ ਪੇ ਫੈਸਲ ਮੁਗਲ ਸਾਹਿਬ ਨੇ ਬਹੁਤ ਸ਼ੁਕਰੀਆ ਮੁਹੰਮਦ ਇਜਾਜ਼ ਸਾਹਿਬ ਨੇ ਬਹੁਤ ਸ਼ੁਕਰੀਆ ਰਈਸ ਸ਼ਹਿਬਾਜ਼ ਸਾਹਿਬ ਨੇ ਡੋਗਰ ਸਾਹਿਬ ਰੇਟ ਦਾ ਦੱਸ ਦੋ ਦੋਸਤਾਂ ਫੇਰ ਵੀ ਪੁੱਛਣਾ ਭਾਈ ਐਂਡ ਤੇ ਵੀ ਤੂੰ ਮੈਸ਼ ਕਰਾਣਾ ਦੁੱਧ ਦੀ ਫੇਰ ਰੇਟ ਦੁੱਧ ਦੀ ਮੈਸ਼ ਕਰਾਣੀ ਹੈ ਫੇਰ ਦੱਸਣਾ ਇਹ ਰਈਸ ਸ਼ਬਾਜ਼ ਸਾਹਿਬ ਨੇ ਸਰ ਰਿਕੁਐਸਟ ਹੈ ਛੋਟੀ ਜੀ ਕੋਈ 2-4 ਮਿੰਟ ਵੇਟ ਕਰੋ ਚਵਾਈ ਹੋ ਲੈ ਇਨਸ਼ਾਅੱਲਾ ਇਹ ਸੋਹਣਾ ਜਿਹਾ ਰੇਟ ਲਾਣੇ ਆ ਫੈਜ਼ਾਨ ਸਾਹਿਬ ਨੇ ਬਹੁਤ ਸ਼ੁਕਰੀਆ ਜੀ ਇਹ ਭਾਈ ਜਾਨ ਤੁਸੀਂ ਆਪਣਾ ਨੰਬਰ ਸੈਂਡ ਕਰ ਦਿਓ ਮੈਂ ਇਨਸ਼ਾਅੱਲਾ ਫ੍ਰੀ ਹੋ ਕੇ ਰਾਬਤਾ ਕਰ ਲੈਣਾ ਅਲੀ ਕਾਸਮ ਸਾਹਿਬ ਆਪਣੀ ਕੀ ਨਾਮ ਲਈਦਾ ਤਹਿਸੀਲ ਦਸਕਾ ਜ਼ਿਲ੍ਹਾ ਸਿਆਲਕੋਟ ਪਿੰਡ ਪੀਰੋਚੱਕ ਜੀ ਜੀ ਕੋਈ ਦੋਸਤ ਆਉਣਾ ਚਾਹੇ ਮੈਪ ਦੇ ਉੱਤੇ ਵੀ ਲੋਕੇਸ਼ਨ ਦਿੱਤੀ ਹੈ ਸਰਦਾਰ ਆ ਕਰੋ ਸ਼ੁਰੂ ਬਾਲਟੀ ਚੈੱਕ ਕਰਾ ਲਓ ਮੇਰਾ ਪੇਜ ਉਹਦੇ ਉੱਤੇ ਵੀ ਲੋਕੇਸ਼ਨ ਚੈੱਕ ਕਰੋ ਠੀਕ ਹੈ ਭਾਈ ਸ਼ੁਰੂ ਕਰੋ ਬੋਤਲ ਹੋਈ ਉਹ ਸਾਈਡ ਤੇ ਆ ਲੋਏ ਦੋਸਤੋ ਭੱਲਾ ਸਾਹਿਬ ਚਵਾਈ ਸ਼ੁਰੂ ਕਰਨ ਲੱਗੇ ਨੇ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਦੋਸਤਾਂ ਨੇ ਚਵਾਈ ਦਾ ਮਨਾਜ਼ਰ ਚੈੱਕ ਕਰਨ ਨੇ ਆਸਮ ਡੋਗਰ ਸਾਹਿਬ ਦਾ ਡੇਰਾ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਪਿੰਡ ਦਾ ਨਾਮ ਪੀਰੋਚੱਕ ਰਾਬਤਾ ਨੰਬਰ 03440459124 ਰਾਬਤਾ ਨੰਬਰ ਹੈ 03440459124 ਮੁਬਸ਼ਰ ਉਗਰਾਹ ਸਾਹਿਬ ਨੇ ਬਹੁਤ ਸ਼ੁਕਰੀਆ ਇਹ ਫੈਜ਼ਾਨ ਭਾਈ ਤੁਸੀਂ ਕਹਿ ਰਹੇ ਹੋ ਕਿ 2 ਜਾਨਵਰ ਸੇਲ ਕਰਨੇ ਤੁਸੀਂ ਆਪਣਾ ਰਾਬਤਾ ਨੰਬਰ ਸੈਂਡ ਕਰ ਦਿਓ ਇਨਸ਼ਾਅੱਲਾ ਮੈਂ ਰਾਬਤਾ ਕਰ ਲੈਣਾ ਅਮੀਨ ਵਜ਼ੀਰ ਸਾਹਿਬ ਨੇ ਜੀ ਨੰਬਰ ਭਾਈ ਨੋਟ ਕਰ ਲੈਣਾ 03440459124 ਅਬਦੁੱਲਾ ਖਾਨ ਸਾਹਿਬ ਨੇ ਕੀਮਤ ਇਨਸ਼ਾਅੱਲਾ ਭਾਈ ਦੱਸਣੇ ਆ ਇਹ ਚੈੱਕ ਕਰੋ ਜੀ ਲਿਬਾਸ ਦਾ ਵੇਖਣਾ ਨਸਲ 6 ਹੈ ਕ੍ਰਾਸ 6 ਹੈ ਇਨਸ਼ਾਅੱਲਾ ਜਿਹੜੀ ਬਰੀਡ ਹੈ ਗਰਮੀ ਵੀ ਨਹੀਂ ਮਨਾਉਂਦੀ ਗਰਮੀ ਸ਼ੁਰੂ ਹੋ ਗਈ ਹੈ ਮੁਹੰਮਦ ਇਮਰਾਨ ਸਾਹਿਬ ਨੇ ਗੁਜਰਾਂਵਾਲਾ ਤੋਂ ਬਹੁਤ ਸ਼ੁਕਰੀਆ ਜੀ ਰਾਣਾ ਅਜ਼ੀਜ਼ ਸਾਹਿਬ ਨੇ ਰਾਣਾ ਸਾਹਿਬ ਚਵਾਈ ਹੋ ਲੈ ਇਨਸ਼ਾਅੱਲਾ ਰੇਟ ਦਾ ਸੋਨਾ ਜਲਾਨੀਆ ਜ਼ਬੀ ਗੁਮਨ ਸਾਹਿਬ ਨੇ ਬਹੁਤ ਸ਼ੁਕਰੀਆ ਜੀ ਤਹਿਸੀਲ ਦਸਤਾ ਅਸੀਂ ਝਾੜਨੇ ਆ ਰੇਟ ਦੱਸ ਦਵੋ ਕਸ਼ਮਕਸ਼ ਜੀ ਨੇ ਦੋਸਤ ਬੌਲਾ ਜਿਹੜਾ ਹੈ ਵੈੜੀ ਕੋ 24 25 ਕਿਲੋ ਪੱਕਾ ਹੈ ਪੱਕਾ ਕਿਸੇ ਭਰਾ ਨੂੰ ਪਸੰਦ ਹੋਏ 3,40,000 ਦੀ ਦੇਵਾਂਗੇ ਕਿੰਨਾ ਬੌਲਾ ਹੈ 24 25 ਕਿਲੋ ਬੌਲਾ ਇਸ ਟਾਈਮ ਕੱਲ ਸ਼ਾਮ ਦੀ ਸੂਈ ਹੈ ਅੱਛਾ
पक्का जरा बोला दसिया वैडी अल्लाह के फसल 30+ साल ही होगी जाके अटाउटा सुट के वे मजीद 3 लाख 30 क्या हाँ जी 3,40,000 रुपया भाजी 3,40,000 जो लाई वाए ने उन्होंने वास्ते कोई रियात नहीं रियात भाजी अगर रेट मुनासिब है जो कहें वे तो फिर वे घट तो नहीं कर सकते दो सस्ता चलो मैं करा लेना अगर कहें कोई थोड़ा नहीं कोई 5,000 कराई लवाना तो कह के अगर जिले सियालकोट दोस्त कोई गां सेल करनी है डोगर साहब का नंबर है रबता कर सकते ने फिलहाल बोले ते कल दी सुई है कोई 24-25 लीटर बोले चलता पे रेट 3,40,000 कुछ ना कुछ प्यार मोहब्बत होइए दी भोला साहब लैवो जी एक बाल्टी चौक तीए रबता नंबर है 03440059-5124 हूँ तो मोबाइल ही नजर आता पे लो जी दोस्तों एक बाल्टी चौक तीए रबता नंबर 03440059-5124 है ठीक है अगे एक मिनट सामने करियो इन्हें उ सामने रख लो ठीक है दोस्तों कुप्पी का भी सारा हूँ फोकस करना है बाल्टी बाल्टी फिर चेक कराओ जी ठीक है ये 877 दोस्त लाइव ने काफ़ी दिनों बाद ने दोस्त लाइव आए ने दा मतलब है कि दोस्त डोगर साहब नाल प्यार करते हैं तो डोगर साहब की वीडियो हाँ लाइव चलाइए तो माशाल्लाह 1000 के नेड़े दोस्त लाइव आ गया सारे दोस्तों का शुक्रिया अदा करना जी 1500 दोस्तों ने जाना है जिन्हें दोस्त वेखते हैं सारे एक शेयर किया 1500 इनशाला जेड़े दोस्त गां खरीदना चाहते हैं डोगर साहब का नंबर है जी 03044509-5124 एक बाल्टी चौक के सामने कुप्पी से शामिल की है दूसरी बाल्टी भाई रिचाते हैं फिर थन दोस्तों वेख लेने डिमांड है 3,40,000 नस्ल हालस्टेन फ्रीजियन चोलस्तानी क्रॉस दूसरा सोआ सोई है फिलहाल बोले तो बोला दे 25 लीटर पिछे तो बच्चा है वो भी चेक कराने माशाल्लाह नस्ल ज्यादा अच्छी है ब्रीड अच्छी है नंबर दोस्तों नोट कर लेना 03440059-5124 रबता नंबर है जी 03440059-5124 इस अलावा दो गाव और भी मौजूद ने इस तो अलावा डोगर साहब कह रहे हैं अगर सियालकोट से किसी दोस्त ने कोई गां सेल करनी है तो वह भी दोस्त राबता कर सकते हैं चेक कर लो माशाल्लाह जी चुआप समा दोस्तों वेख लेना है दूसरी बाल्टी चोई जाती है भी पहली बाल्टी चो के कुप्पी से शामिल की है दूसरी बाल्टी इधर चोई जाती है भी थान दोस्तों वेख लेने सोने तो पावरफुल लगे ने फिलहाल बोले तो वे यूसुफ साहब नंबर से राबता करो जाम अमजद साहब ने बहुत शुक्रिया डिमांड है 3,40,000 नसल की हालस्टेन फ्रीजियन चोलस्तानी क्रॉस दूसरा सोआ सोई है पिछे दे बच्चा माशाल्लाह जी बच्चा भी सोना यूसुफ साहब ने हुरम राव साहब ने भाई हुरम है जो नंबर बोलना पे आसम साहब का राबता करो जी नंबर फिर नोट कर लेना है 03440059-5124 दूसरी बाल्टी भी चौकती है ठीक है जी करो शामिल करो जी लो जी दोस्तों कुप्पी से दूसरी बाल्टी भी शामिल होंगी है भाई अरफान खान साहब ने जी वालेकुम असलाम भाई जन की हाल है ठीक हो राणा अजीज साहब ने जी राणा साहब वालेकुम सलाम जी राणा साहब डोगर साहब ना राबता करो मैं भी रिक्वेस्ट कर दिना इंशाल्लाह जी सऊदी अरब तो ने मदीना पाक तो राणा साहब ने जड़ा ना प्यार मोहब्बत कर लेना डोगर साहब ए दास साहब ने जी सिंध मीरपुर तो बहुत शुक्रिया मोइज डोगर साहब ने बहुत शुक्रिया ए राणा अजीज साहब लो जी दोस्तों मुकम्मल गाँव भी वेख लेनी है ए चेक कर लो माशाल्लाह जी दोस्तों मुकम्मल गाँव चेक कर लेनी है हालस्टेन फ्रीजियन चोलस्तानी क्रॉस पिछे दे बच्चा दोस्तों वो भी वेखना है भाई यही कह रहे हैं मुकम्मल गां चेक करो चेक करो जी जिड्डी आपी है उन्ना माशाल्लाह ने लिबास किया चवाई होंगी भी दो बाल्टियां चौकतियां ने तीसरी चोई जाती है भाई गुलाम हुसैन साहब ने बहुत शुक्रिया राबता नंबर है 03440059-5124 दो बाल्टियां चौक के कुप्पी च शामिल कीतियां ने तीसरी भाई हरी चौंदे ने पे दूसरा सोआ सुई है पिछे दे बच्चा वह भी चेक कराने राबता नंबर 03440059-5124 अशरफ हसन साहब ने वालेकुम असलाम अमजद अली साहब ने भाई अमजद डोगर साहब ने राबता कर लो इंशाल्लाह प्यार मोहब्बत कर लेंगे मोहम्मद हिजर साहब ने बहुत शुक्रिया मलक जलील साहब ने बहुत शुक्रिया अली साहब ने बहुत शुक्रिया सरदार अली साहब ने भाई जाने की कीमत 3,40,000 डिमांड है मोहम्मद वकास साहब ने बहुत शुक्रिया भाई जान वालेकुम असलाम रेट ये 3,40,000 डिमांड है तो बिलाल गुराया साहब ने जी बिलाल साहब डोगर साहब के नंबर से राबता कर लो लो जी दोस्तों तीसरी बाल्टी भी चौक तीम हो गया क्या और है अभी पक्की गल है जा वास्ते भी छड़ना रमजान का महीना वेखियो भोला साहब कोई ज्यादा ना कर ले पहले बच्चे ने किन्ना बुलाया है 1,50,000 ने जी बहुत शुक्रिया तनवीर रियाज साहब ने तनवीर साहब जरा रबता नंबर बोलिया
ਉਹਦੇ ਤੇ ਰਾਬਤਾ ਕਰ ਲਓ। ਕਾਫੀ ਦੋਸਤ ਰੇਟ ਲਾਉਂਦੇ ਨੇ ਪੇ, ਉਹਨਾਂ ਅੱਗੇ ਗੁਜ਼ਾਰਿਸ਼ ਆਈ ਹੈ ਕਿ ਰੇਟ ਇਹਦਾ 340,000 ਹੈ। ਅੱਗੋਂ ਤੁਸੀਂ ਡੋਗਰ ਸਾਹਿਬ ਨਾਲ ਰਾਬਤਾ ਕਰ ਲੈਣਾ, ਇਨਸ਼ਾਅੱਲਾ ਪਿਆਰ ਮੁਹੱਬਤ ਕਰ ਲੈਂਦੇ। ਆ ਮੁਹੰਮਦ ਅਜ਼ਹਰ ਸਾਹਿਬ ਨੇ ਬਹੁਤ ਸ਼ੁਕਰੀਆ ਜੀ, ਉਮਰ ਸਾਹਿਬ ਨੇ ਬਹੁਤ ਸ਼ੁਕਰੀਆ, ਸਗੀਰ ਡੋਗਰ ਸਾਹਿਬ ਨੇ ਬਹੁਤ ਸ਼ੁਕਰੀਆ, ਲਈਕ ਅਹਿਮਦ ਸਾਹਿਬ ਨੇ ਬਹੁਤ ਸ਼ੁਕਰੀਆ, ਮਲਕ ਅਦਨਾਨ ਸਾਹਿਬ ਨੇ ਬਹੁਤ ਸ਼ੁਕਰੀਆ। ਰਾਬਤਾ ਨੰਬਰ 0344-0549-4124-0549-4124-0549-4124। ਇੱਕ ਭਾਈ ਪੁੱਛਦੇ ਨੇ ਪੇ ਡੇਰਾ ਕਿਹਦਾ, ਆਸਮ ਭਾਈ ਦਾ ਡੇਰਾ। ਆਸਮ ਸਾਹਿਬ ਦੀ ਕੱਲ੍ਹ ਵੀਡੀਓ ਅਪਲੋਡ ਹੋ ਗਈ ਹੈ। ਰਾਬਤਾ ਨੰਬਰ 0344-0549-4124, ਤਹਿਸੀਲ ਦਸਕਾ, ਜ਼ਿਲ੍ਹਾ ਸਿਆਲਕੋਟ, ਪਿੰਡ ਦਾ ਨਾਮ ਪੀਰੋ ਚੱਕ। ਕੀਮਤ ਇਹਦੀ 340,000, ਦੂਸਰਾ ਸੋਆ ਗਾਂ ਸੋਈ ਹੈ। ਤਿੰਨ ਬਾਲੀਆਂ ਚੁੱਕ ਕੇ ਉੱਧਰ ਕੁੱਪੀ 'ਚ ਸ਼ਾਮਿਲ ਕੀਤੀਆਂ ਨੇ, ਚੌਥੀ ਚਾਹੁੰਦੇ ਨੇ ਪੇ। ਨਸਲ ਇਹਦੀ ਹਾਲਸਟੇਨ ਫਰੀਜ਼ੀਅਨ ਅਤੇ ਚੁੱਲ੍ਹਸਤਾਨੀ ਕਰਾਸ ਪਿੱਛੇ ਦੇ ਬੱਚਾ, ਉਹ ਵੀ ਇਨਸ਼ਾਅੱਲਾ ਦੋਸਤਾਂ ਨੂੰ ਚੈੱਕ ਕਰਾਉਂਦੇ ਹਾਂ। ਚੁਆਈ ਮੁਕੰਮਲ ਹੋ ਲਏ, ਦੁੱਧ ਦੀ ਪਮੈਸ਼ ਕਰਾਉਂਦੇ ਹਾਂ। ਫਿਲਹਾਲ ਬੋਲੇ ਤੇ ਵੇ ਕੱਲ੍ਹ ਦੀ ਸੂਈ ਹੈ, ਕੋਈ 25 ਲੀਟਰ ਬੋਲਾ ਦਾ ਚੱਲਦਾ ਪਿਆ ਦੋਵਾਂ ਟਾਈਮਾਂ ਦਾ। ਸਜਾਦ ਬਾਜਵਾ ਸਾਹਿਬ ਨੇ ਬਹੁਤ ਸ਼ੁਕਰੀਆ, ਜਹਾਨਜ਼ੇਬ ਸਾਹਿਬ ਨੇ ਬਹੁਤ ਸ਼ੁਕਰੀਆ ਜੀ, ਵਿਕਾਸ ਸਾਹਿਬ ਨੇ ਬਹੁਤ ਸ਼ੁਕਰੀਆ, ਜ਼ਿਸ਼ਾਨ ਲਤੀਫ ਸਾਹਿਬ ਨੇ ਬਹੁਤ ਸ਼ੁਕਰੀਆ, ਆਕਬ ਸਾਹਿਬ ਨੇ ਬਹੁਤ ਸ਼ੁਕਰੀਆ। ਕਾਫੀ ਦੋਸਤਾਂ ਦੇ ਕਮੈਂਟ ਹੁੰਦੇ ਨੇ ਪੇ ਜਿਨ੍ਹਾਂ ਦਾ ਰਿਪਲਾਈ ਨਹੀਂ ਹੁੰਦਾ ਪਿਆ, ਉਹਨਾਂ ਅੱਗੇ ਮਾਜ਼ਰਤ ਚਾਹੁੰਦਾ। ਮੀਆਂ ਮਾਜਦ ਸਾਹਿਬ ਨੇ ਬਹੁਤ ਸ਼ੁਕਰੀਆ, ਅਮਜਦ ਅਲੀ ਸਾਹਿਬ ਨੇ ਬਹੁਤ ਸ਼ੁਕਰੀਆ। ਡਿਮਾਂਡ ਇਹਦੀ 340,000, ਦੂਸਰਾ ਸੂਆ ਸੂਈ ਹੈ, ਕੱਲ੍ਹ ਦੀ ਸੂਈ ਹੈ। ਫਿਲਹਾਲ ਬੋਲੇ ਤੇ ਵੇ ਨਸਲ ਇਹਦੀ ਹਾਲਸਟੇਨ ਫਰੀਜ਼ੀਅਨ ਅਤੇ ਚੁੱਲ੍ਹਸਤਾਨੀ ਕਰਾਸ, ਤਹਿਸੀਲ ਡਸਕਿਆ, ਜ਼ਿਲ੍ਹਾ ਸਿਆਲਕੋਟ, ਪਿੰਡ ਦਾ ਨਾਮ ਪੀਰੋ ਚੱਕ। ਤਿੰਨ ਬਾਲਟੀਆਂ ਚੋ ਕੇ ਕੁੱਪੀ 'ਚ ਸ਼ਾਮਿਲ ਕੀਤੀਆਂ ਨੇ, ਚੌਥੀ ਸਾਰਿਆਂ ਕੇ ਰਿਕੁਐਸਟ ਇੱਕ ਇੱਕ ਵਾਰੀ ਸ਼ੇਅਰ ਕਰੋ ਮਾੜਾ ਜਿਹਾ। 1399 ਦੋਸਤ ਲਾਈਵ ਨੇ ਡੋਗਰ ਸਾਹਿਬ, ਫਿਰ ਰਿਕੁਐਸਟ ਕਰਦੇ ਨੇ ਪੇ ਇੱਕ ਦਫਾ ਫਿਰ ਜਿਹੜਾ ਨਾ ਵੀਡੀਓ ਨੂੰ ਸ਼ੇਅਰ ਕਰੋ। ਲੋਈ ਦੋਸਤੋ, ਚੁਆਈ ਮੁਕੰਮਲ ਹੋ ਲਈ ਹੈ, ਸਬਰ ਸਾਹਿਬ ਝੱਗ ਜ਼ਰਾ ਉਹਨੂੰ ਖਤਮ ਕਰਨੀ ਹੈ, ਠੀਕ ਹੈ ਨਾ? ਸਾਰੀ ਹੋਏਗੀ ਜਨਾਬ। ਆਹੋ, ਫਿਰ ਦੁੱਧ ਦੀ ਪਮੈਸ਼ ਕਰਨੀ ਹੈ। ਮਲਕ ਕਾਮਰਾਨ ਸਾਹਿਬ ਜੀ, ਲੋਕੇਸ਼ਨ ਨੋਟ ਕਰ ਲੈਣੀ, ਸਾਫ ਜਗ੍ਹਾ ਤੇ ਲਾਈਓ। ਗਾਈਏ ਕਰੀ ਚੈੱਕ ਕਰਾ ਦਿਓ, ਨਹੀਂ ਗੁਆਂਗ ਨੂੰ ਹੱਥੇ ਸਾਹਮਣੇ ਰੱਖੋ ਜ਼ਰਾ। ਲੋਈ ਆ ਗਾਈ ਚੈੱਕ ਕਰਾ ਲਈ, ਗਾਂ ਤੇ ਰੱਖੋ, ਕੁੱਪੀ ਇੱਥੇ ਰੱਖੋ, ਕੁੱਪੀਆਂ ਇੱਥੇ ਰੱਖੋ ਜ਼ਰਾ, ਮੈਂ ਗਾਂ ਚੈੱਕ ਕਰਾ ਲਾਂ। ਲੋਈ ਦੋਸਤੋ ਚੈੱਕ ਕਰ ਲਓ, ਇਹ ਗਾਂ ਦੀ ਚੁਆਈ ਹੋਈ ਹੈ ਮਾਸ਼ਾਅੱਲਾ ਜੀ। ਦੇਖੋ ਗੱਲ ਭਾਈ ਫਰਾਜ਼, ਇਹ ਖੁਸ਼ੀ ਹੁੰਦੀ ਹੈ ਗਾਂ ਦੀ, ਗਾਂ ਲੈਣਾ, ਗਾਂ ਵੇਚਣਾ ਹਰ ਬੰਦੇ ਦਾ ਕੰਮ ਨਹੀਂ ਹੈ, ਗਾਂ ਦੀ ਸ਼ਨਾਖਤ ਕਰਨਾ ਕੰਮ ਹੈ। ਇਹ ਪਿੱਛੇ ਬੱਚਾ ਮਾਸ਼ਾਅੱਲਾ ਜੀ, ਨਸਲ ਇਹਦੀ ਲੈ ਵੀ ਹਰ ਬੰਦਾ ਲੈਂਦਾ ਤੇ ਵੇਚ ਵੀ ਹਰ ਬੰਦਾ ਲੈਂਦਾ, ਗਾਂ ਦੀ ਪਰਖ ਕਰਨੀ ਵੱਡੀ ਗੱਲ ਹੁੰਦੀ ਹੈ। ਲੋ ਦੋਸਤੋ ਚੈੱਕ ਕਰੋ, ਨਿੰਬੂਆਂ ਨੂੰ ਚੜੀ ਜੇ ਕਿ ਨਹੀਂ ਭਾਈ ਜਾਨ। ਜਿਹੜਾ ਰੇਟ ਲੱਗਾ 340,000, ਕੁਛ ਨਾ ਕੁਛ ਪਿਆਰ ਮੁਹੱਬਤ ਇਨਸ਼ਾਅੱਲਾ ਹੋਈ ਇਹਦਾ। ਇੱਕ ਭਾਈ ਪੁੱਛਦੇ ਨੇ ਪੇ ਕਿ ਬਾਟਾ ਰੇਟ ਨਹੀਂ, ਡੋਗਰ ਸਾਹਿਬ ਨੂੰ ਕਿਹਾ ਕਿ ਦੋਸਤਾਂ ਨਾਲ ਪਿਆਰ ਮੁਹੱਬਤ ਕਰ ਲੈਣਾ, ਬਾਟਾ ਦੀ ਦੁਕਾਨ ਨਹੀਂ ਜਿੱਦੀਆਂ ਦੇ 4.5-4 ਲੱਖ ਭਾਈ ਇਨਸਾਫ ਕਰਕੇ ਦੱਸਣ ਸਾਡੇ ਚੈਨਲ ਤੇ ਰੇਟ ਚੱਲਦੇ ਨੇ। ਚਲੋ ਜੀ, ਦੋਸਤਾਂ ਨਾਲ ਪਿਆਰ ਕਰਦੇ ਤੋਂ ਵੀ ਪਿਆਰ ਕਰਦੇ ਨਾ, ਵੇਖੋ 1500 ਬੰਦਾ ਤੁਹਾਨੂੰ ਲਾਈਵ ਵੇਖਦਾ ਪਿਆ, ਛੋਟੀ ਗੱਲ ਨਹੀਂ। ਚਲੋ ਜੀ, ਇਹ ਗਾਂ ਹੀ ਮਾਸ਼ਾਅੱਲਾ ਦੀ ਚੁਆਈ ਹੋ ਗਈ ਹੈ, ਇਹ ਦੁੱਧ ਦੀ ਪਮੈਸ਼ ਹੋਣੀ ਹੈ। ਹਾਲਸਟੇਨ ਫਰੀਜ਼ੀਅਨ ਤੇ ਚੁੱਲ੍ਹਸਤਾਨੀ ਕਰਾਸ ਪਿੱਛੇ ਦੇ ਬੱਚਾ, ਇਹ ਦੁੱਧ ਦੀ ਪਮੈਸ਼ ਕਰਾਉਣਾ, ਠੀਕ ਹੈ? ਭੋਲਾ ਸਾਹਿਬ ਆਓ ਸਾਹਮਣੇ ਸਰ। ਇਹ ਰੇਟ ਦਾ ਲਾਇਆ 340,000, ਨੰਬਰ ਹੈ 0344-0549-4124, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, ਵੱਡੇ ਡੋਗਰ ਸਾਹਿਬ ਇਹ ਬੈਠੇ ਨੇ ਜੀ, ਠੀਕ ਹੈ ਸਰ? ਕਿੱਥੇ ਲੈ ਚੱਲੇ, ਉੱਥੇ ਬਾਈਓ ਲੋਏ ਦੋਸਤੋ, ਇਹ ਸਾਰਾ ਦੁੱਧ ਚੋਇਆ ਗਾਂ ਥੱਲਿਓ, ਇਹਦੀ ਪਮੈਸ਼ ਹੋਣੀ ਹੈ। ਸਬਰ ਭਾਈ ਇਮਾਨਦਾਰੀ ਦਾ ਮੁਜ਼ਾਹਰਾ ਕਰਦੇ ਨੇ ਪੇ, ਝੱਗ ਖਤਮ ਕਰਦੇ ਨੇ, ਵੇਖ ਲੈਂਦੇ ਹਾਂ। ਇਹ ਅੰਕਲ ਹਰੀ ਇੱਥੇ ਮੌਜੂਦ ਨੇ ਜਿਹੜੇ ਦੁੱਧ ਲੈ ਕੇ ਜਾਂਦੇ ਨੇ, ਇਹ ਕਰਨਾ ਝੱਗ ਖਤਮ ਨਾ ਕੀਤੀ ਤਾਂ ਆਪ ਹੀ ਕਹਿ ਲੈਣਾ। ਆਓ ਡੋਗਰ ਸਾਹਿਬ, ਦੋਸਤਾਂ ਨੂੰ ਦੱਸੋ ਕਿ ਗੱਲਬਾਤ ਸੁਣਾਓ, ਰੇਟ ਦੱਸੋ, ਕੋਈ ਪਿਆਰ ਮੁਹੱਬਤ ਕਰਨੀ ਹੈ, ਰਾਬਤਾ ਨੰਬਰ, ਲੋਕੇਸ਼ਨ ਦੋਸਤਾਂ ਨੂੰ ਫਿਰ ਦੱਸੋ। ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, ਪਿੰਡ ਪੀਰੋ ਚੱਕ। ਲੋਕੇਸ਼ਨ ਮੇਰੀ ਸਰਦਾਰ ਆਸਮ ਡੋਗਰ ਪੇਜ ਬਣਿਆ ਫੇਸਬੁੱਕ ਤੇ, ਉਹ ਲੋਕੇਸ਼ਨ ਤਿੰਨੋਂ ਤੇ ਪੇਜ ਬਣਿਆ, ਲੋਕੇਸ਼ਨ ਦਿੱਤੀ ਹੈ ਸਰ। ਇਹ ਰਿਕੁਐਸਟ ਕਰਨ ਲੱਗਾ ਮੈਂ ਦੋਸਤਾਂ ਕੇ, ਗੱਲ ਤਾਂ ਕਰ ਲੈਂਦੇ ਹੋ, ਉਹਦੇ 'ਤੇ ਵੀ ਲੋਕੇਸ਼ਨ ਦਿੱਤੀ ਹੈ, ਮੈਪ ਦੇ ਉੱਤੇ ਲੋਕੇਸ਼ਨ ਦਿੱਤੀ ਹੈ। ਜਿਹੜਾ ਕੋਈ ਦੋਸਤ ਥੋੜ੍ਹਾ ਜਿਹਾ ਲੋਕੇਸ਼ਨ ਨੂੰ ਜਾਣਦਾ, ਸਰਚ ਕਰਕੇ ਤੇ ਆ ਸਕਦਾ। ਨੰਬਰ ਕੀ ਜੇ ਦੋ ਵਾਰੀ ਬੋਲਣਾ ਤਾਂ ਸਲੋ ਸਲੋ ਬੋਲਣਾ। 0344-0549-4124 ਨੰਬਰ ਹੈ ਜੀ, 0344-0549-4124। ਕੋਸ਼ਿਸ਼ ਕੀਤੀ ਖਤਮ ਹੋਈ, ਰਾਬਤਾ ਨੰਬਰ 0344-0549-4124। ਸਿਕੰਦਰ ਸਾਹਿਬ ਨੇ ਜੀ ਸਿੰਧ ਤੋਂ, ਭਾਈ ਸਿਕੰਦਰ ਸਾਹਿਬ ਜਿਹੜਾ ਨੰਬਰ ਬੋਲਿਆ ਤੇ ਰਾਬਤਾ ਕਰ ਲਓ, ਇਨਸ਼ਾਅੱਲਾ ਕੁਛ ਨਾ ਕੁਛ ਪਿਆਰ ਮੁਹੱਬਤ ਹੋਈ ਇਹਦਾ, ਪਮੈਸ਼ ਕਰੋ ਜੀ। ਬੋਲੀ ਜਾਣਾ ਕਿੰਨਾ ਹੁੰਦਾ ਦੁੱਧ, ਲਾ ਲਓ ਜ਼ਰਾ ਜੀ, ਉਹਨਾਂ ਜ਼ਿਆਦਾ ਕਰ ਦਿਆਂ ਯਾਰ, ਤੂੰ ਪਰੇਸ਼ਾਨ ਹੋ ਗਈ। ਠੀਕ ਹੈ, ਹਾਂ ਕਿਹੜਾ ਵੇਚਣਾ, ਠੀਕ ਹੈ ਭਾਈ। 1658 ਦੋਸਤ ਲਾਈਵ ਨੇ, ਮਾਸ਼ਾਅੱਲਾ ਜੀ ਲਾਈਵ ਹੋਣ ਦਾ ਮਜ਼ਾ ਆਇਆ, ਕਾਫੀ ਦੋਸਤਾਂ ਨੇ ਆਪਣਾ ਕੀਮਤੀ ਵਕਤ ਕੱਢਿਆ, ਲਾਈਵ ਆਏ ਨੇ, ਤੇ ਸਾਰੇ ਦੋਸਤਾਂ ਦਾ ਫਿਰ ਸ਼ੁਕਰੀਆ ਅਦਾ ਕਰਨੇ ਆ। ਪਮਾਈ ਸ਼ੁਰੂ ਹੋ ਗਈ ਹੈ, ਨਾਲ ਭਾਈ ਤਸਵਰ ਬੋਲੀ ਜਾਣਾ। ਇੱਕ ਰਾਬਤਾ ਨੰਬਰ ਮੈਂ ਫਿਰ ਬੋਲ ਦਿੰਦਾ ਵਾਂ, 0344-0549-4124। ਜਿਹੜੀ ਗਾਂ ਦੀ ਚੁਆਈ ਕਰਾਈ ਹੈ, ਡਿਮਾਂਡ ਇਹਦੀ 340,000, ਦੂਸਰਾ ਸੁਆ ਸੋਈ ਹੈ। ਇਹ ਪਮਾਇਸ਼ ਹੋ ਲਿਆ ਤੇ ਇਨਸ਼ਾਅੱਲਾ ਫਿਰ ਚੈੱਕ ਕਰਾ ਦਿੰਦੇ ਹਾਂ। 2-3-3-4 ਭਾਈ ਸਬਰ ਉੱਚੀ ਬੋਲੋ ਹਾਂ ਜ਼ਰਾ, 4-4 ਜੀ ਸਪੀਕਰ ਬਾਈ, ਥੋੜ੍ਹਾ ਜੀ 4-5 ਪਾ ਲਿਆ ਕਰੋ, ਹਾਂ
पांच सलमान शाह साहब ने जी, वालेकुम सलाम शाह साहब, क्या हाल है? ठीक हो? रिहान बाजवा साहब ने जी बहुत शुक्रिया। अली दोस्त साहब ने बहुत शुक्रिया। छे किलो हो गया जी, कीमत 3,40,000 है। राबता नंबर है 0-344-059-6124 0-344-059-6124 7। अब्दुल रहमान मकबूल साहब ने जी, वालेकुम सलाम भाई अब्दुल रहमान साहब, क्या हाल है? ठीक हो? 8 भाई सबर उची बोलो। हाँ 9। राणा तनवीर साहब ने बहुत शुक्रिया जी। 9 10 13 14 किलो तुते हो टोटल अदे कोल किन्ने दोवां टाइमां दा भाई? 25 किलो धारा पक्कियां ने हुण चवाई नु कोई हुण घंटा डेढ़ उंज वी लेट हो गया। हो गया लेट? लेट हो गया। सुबह टाइम नाल 7 बज गया ना, सुबह 4 बजे चवाई हुंदी है। ठीक है, ते कोई 2 घंटे लेट हो गया दा मतलब है? हां जी। ਰੇਟ ਕਿਸੇ ਦੋਸਤ ਭਰਾ ਨੂੰ ਪਸੰਦ ਹੋਏ ਫਾਈਨਲ ਫਾਈਨਲ 3,40,000 ਦੇ ਦੇ। 3,40,000 ਕੁਛ ਨਾ ਕੁਛ ਪਿਆਰ ਮੁਹੱਬਤ ਕਰਨਾ ਹੈ। 5,000 ਛੱਡਿਆ ਹੋਇਆ ਹੀ ਹਾਂ ਇਹ ਤਾਂ ਨਾ ਹੈ। ਹੁਣ 3,35 ਹੋ ਗਿਆ ਜੀ। 3,35 ਦਾ ਜਿਹਨੂੰ ਪਸੰਦ ਹੋਇਓ ਟੋਕਨ ਕਰਵਾ ਦੇਣਾ, ਇਹ ਤੇ ਗੱਲ ਨੂੰ ਰਫਾ ਦਾ ਫਾਈਲ। ਲੋ ਜੀ ਦੋਸਤੋ, ਇਹ 3,40,000 ਡਿਮਾਂਡ ਸੀ, ਮੈਂ ਵੀ ਰਿਕੁਐਸਟ ਕੀਤੀ ਹੈ। ਕਹਿ ਰਹੇ ਨੇ ਕਿ 3,35,000 ਹੁਣ ਫਾਈਨਲ ਹੈ। ਦੂਸਰਾ ਸੁਆ ਸੋਈ ਹੈ 25 ਲੀਟਰ ਬੋਲਿਆ ਦੋਵਾਂ ਟਾਈਮਾਂ ਤੋਂ ਹੁਣ ਚਵਾਈ ਨੂੰ ਤਕਰੀਬਨ ਕੋਈ 2 ਘੰਟੇ ਉੱਤੇ ਹੋ ਗਏ ਨੇ। ਹੁਣ 14 ਕਿਲੋ ਤੇ ਕੁਛ ਹੋਇਆ ਮਾਸ਼ਾਅੱਲਾ ਪਿੱਛੇ ਦੇ ਬੱਚੇ ਦੋਸਤਾਂ ਵੀ ਵੇਖ ਲੈਣਾ। ਰਾਬਤਾ ਨੰਬਰ ਹੈ 0-344-059-6124 ਐਸ ਗਾਂ ਦੀ ਚਵਾਈ ਹੋਈ ਹੈ। ਰਾਬਤਾ ਨੰਬਰ 0-344-059-6124 ਨਸਲ ਇਹਦੀ ਹਾਲਸਟੇਨ ਫਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ ਸੋਹਣੇ ਥਣ ਲੱਗੇ ਨੇ ਮਾਸ਼ਾਅੱਲਾ ਜੀ ਮੱਝਾਂ ਵਾਲੇ ਪਿੱਛੇ ਦੇ ਬੱਚਾ ਦੋਸਤਾਂ ਉਹ ਵੀ ਵੇਖ ਲੈਣਾ। ਕੱਲ ਦੀ ਸੂਈ ਹੈ ਫਿਲਹਾਲ ਬੋਲੇ ਤੇ ਵੇ ਰਾਬਤਾ ਨੰਬਰ 0-344-059-6124 ਐਸ ਗਾਂ ਦੀ ਚਵਾਈ ਹੋਈ ਹੈ ਹਾਲਸਟੇਨ ਫਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ ਡਿਮਾਂਡ ਦੀ 3,40,000 ਸੀ ਲੇਕਿਨ ਹੁਣ ਦੋਸਤਾਂ ਵਾਸਤੇ 3,35,000 ਡੋਗਰ ਸਾਹਿਬ ਨੇ ਫਾਈਨਲ ਕੀਤਾ।